ਜਦੋਂ ਤੁਸੀਂ ਸ਼ੂਟ ਹੁੰਦਾ ਦੇਖਦੇ ਹੋ ਨਾ, ਜੋ ਤੁਸੀਂ ਕਰੈਕਟਰਸ ਲਿਖੇ, ਜੋ ਤੁਸੀਂ ਸਾਰਾ ਡਿਜ਼ਾਈਨ ਕੀਤਾ, ਐਂਡ ਜਦੋਂ ਹੂ ਬਹੂ ਉਹ ਜ਼ਿੰਦਾ ਹੋ ਜਾਂਦਾ ਸਾਹਮਣੇ, ਉਹ ਕਰੈਕਟਰ ਗੱਲ ਕਰਨ ਲੱਗਦੇ ਆ, ਬੋਲਣ ਲੱਗਦੇ ਆ, ਐਕਟ ਕਰਨ ਲੱਗਦੇ ਆ, ਤਾਂ ਉਹ ਜਿਹੜੀ ਇੱਕ ਫੀਲਿੰਗ ਆ ਕਿ ਜਿਹੜਾ ਤੁਸੀਂ ਇੰਨੇ ਟਾਈਮ ਤੋਂ ਇੱਕ ਕਾਗਜ਼ ਦੇ ਉੱਪਰ ਲੈ ਕੇ ਫਿਰ ਰਹੇ ਹੋ, ਹੈ ਨਾ, ਇੰਨੇ ਮਹੀਨੇ ਉਹਦੇ 'ਤੇ ਕੰਮ ਕਰ ਰਹੇ ਹੋ, ਦੈਨ ਜਦੋਂ ਜ਼ਿੰਦਾ ਹੁੰਦਾ ਤੁਹਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਉਹ ਬੋਲਣਾ ਸ਼ੁਰੂ ਕਰਦਾ, ਤਾਂ ਉਹ ਇੱਕ ਜਿਹੜੀ ਫੀਲਿੰਗ ਆ ਉਹ ਬੜੀ ਕਮਾਲ ਦੀ ਹੁੰਦੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਲਾਲੀਮਾ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਕੈਂਟ ਪੰਜਾਬ। ਵੀ ਆਲ ਨੋ ਕਿ ਟੈਲੀਵਿਜ਼ਨ ਸਾਡੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਰੱਖਦਾ ਹੈ, ਸੋ ਹੁਣ ਇਸ ਦੇ ਉੱਤੇ ਹੀ ਇੱਕ ਫਿਲਮ ਆਉਣ ਜਾ ਰਹੀ ਹੈ ਜਿਸਦਾ ਨਾਮ ਹੈ ਟੈਲੀਵਿਜ਼ਨ। ਸੋ ਉਸ ਟੈਲੀਵਿਜ਼ਨ ਫਿਲਮ ਦੇ ਹੀ ਰਾਈਟਰ ਮੇਰੇ ਨਾਲ ਬੈਠੇ ਨੇ, ਨਾਮ ਹੈ ਮਨੀ ਮਨਜਿੰਦਰ ਸਿੰਘ। ਸੋ ਆਓ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ? ਬਹੁਤ ਵਧੀਆ, ਚੜ੍ਹਦੀ ਕਲਾ। ਚੜ੍ਹਦੀ ਕਲਾ। ਸੋ ਟੈਲੀਵਿਜ਼ਨ ਜਿਵੇਂ ਕਿ ਮੈਂ ਕਿਹਾ ਕਿ ਬਹੁਤ ਇੰਪੋਰਟੈਂਸ ਰੱਖਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਪਹਿਲਾਂ ਤਾਂ ਅਸੀਂ ਇੱਕ ਕਾਮਨ ਸਵਾਲ ਹੀ ਪੁੱਛਾਂਗੇ ਕਿ ਬਈ ਇਸ ਫਿਲਮ ਨੂੰ ਲਿਖਣ ਦਾ ਆਈਡੀਆ ਕਿਵੇਂ ਆਇਆ? ਇਹਨਾਂ ਟਾਈਟਲ ਤੋਂ ਹੀ ਆਈਡੀਆ ਆਇਆ ਸੀ। ਟਾਈਟਲ ਸਾਡੇ ਡਾਇਰੈਕਟਰ ਨੇ ਤਾਜ, ਉਹਨਾਂ ਕੋਲੇ ਟਾਈਟਲ ਸੀਗਾ ਇਹ। ਟਾਈਟਲ ਤੋਂ ਬਾਅਦ ਚ ਅੱਗੇ ਸਾਰਾ ਕੰਮ, ਫਿਰ ਜਦੋਂ ਉਹਨਾਂ ਨੇ ਕਿਹਾ ਵੀ ਆ ਟਾਈਟਲ ਦੇ ਉੱਪਰ ਕਹਾਣੀ ਚਾਹੀਦੀ ਐਂਡ ਟੈਲੀਵਿਜ਼ਨ ਨੂੰ ਆਪਾਂ ਪ੍ਰੈਜੈਂਟ ਕਰਨਾ, ਹੈ ਨਾ, ਅਤੇ ਫਿਰ ਇੱਕ ਗਾਣਾ ਹੈ ਮੁਹੰਮਦ ਸਦੀਕ ਜੀ ਦਾ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਤਸਵੀਰਾਂ ਬੋਲਦੀਆਂ, ਉਸੇ ਗਾਣੇ 'ਚ ਅਸੀਂ ਲਿਆ। ਅਤੇ ਉਸ ਗਾਣੇ ਨੂੰ ਸੁਣ ਕੇ ਆਈਡੀਆ ਆਇਆ ਕਿ ਇੱਦਾਂ ਦਾ ਇਨਵਾਇਰਮੈਂਟ ਹੋ ਸਕਦਾ, ਇੱਦਾਂ ਦਾ ਇੱਕ ਜਿਹੜਾ ਹੈਗਾ ਵਰਲਡ ਹੋ ਸਕਦਾ ਜਿਹਦੇ 'ਚ ਟੈਲੀਵਿਜ਼ਨ ਬਹੁਤ ਵਧੀਆ ਤਰੀਕੇ ਨਾਲ ਪ੍ਰਜੈਂਟ ਕਰ ਸਕਦੇ ਆ। ਸੋ ਫਿਰ ਬਾਕੀ ਆਸ ਪਾਸ ਤੋਂ ਸੁਣ ਕੇ ਜਿਹੜੇ ਉਸ ਟਾਈਮ ਦੇ ਲੋਕ ਸੀ, ਉਹਨਾਂ ਤੋਂ, ਘਰੋਂ, ਹੋਰ ਇੱਧਰ ਉੱਧਰੋਂ, ਕਾਫੀ ਪਾਸਿਓਂ ਮਟੀਰੀਅਲ ਇਕੱਠਾ ਕਰਕੇ ਫਿਰ ਇੱਕ ਕਹਾਣੀ ਬਣੀ। ਜੀ, ਜਦੋਂ ਅਸੀਂ ਕੋਈ ਕਹਾਣੀ ਲਿਖਦੇ ਹਾਂ ਨਾ, ਉਸ ਦੇ ਵਿੱਚ ਬਹੁਤ ਸਾਰੇ ਆਪਾਂ ਕਹਿ ਸਕਦੇ ਹਾਂ ਆਸਪੈਕਟਸ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਬਹੁਤ ਸਾਰੇ ਟ੍ਰਾਂਜੀਸ਼ਨਸ ਪਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਬਟ ਤੁਹਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਤੁਹਾਡੀ ਇੱਥੇ ਕਹਾਣੀ ਖਤਮ ਹੋ ਜਾਣੀ ਹੈ? ਯੂ ਨੋ, ਉਸ ਟਾਈਮ ਕਿਵੇਂ ਪਤਾ ਲੱਗਦਾ ਹੈ ਕਿ ਇਹ ਮੇਰਾ ਐਂਡ ਚੀਜ਼ ਹੈ ਅਤੇ ਇੱਥੇ ਮੈਂ ਇਸ ਕਹਾਣੀ ਨੂੰ ਖਤਮ ਕਰਨ ਲੱਗਾ ਹਾਂ? ਯੂ ਨੋ ਦੈਟ ਕਲਿੱਕ ਕਿ ਇੱਥੇ ਕਹਾਣੀ ਖਤਮ ਹੋ ਗਈ ਹੈ। ਇਹ ਹੁਣ ਇਹ ਨਾ ਬੇਸਿਕਲੀ ਅੰਦਰੋਂ ਹੀ ਹੈ ਜੀ। ਜਦੋਂ ਆਪਾਂ ਲਿਖਦੇ ਹਾਂ ਨਾ, ਜੋ ਰਾਈਟਿੰਗ ਦੀ ਇੱਕ ਰਵਾਨਗੀ ਹੈ ਜਾਂ ਜਿੱਥੇ ਤੁਸੀਂ ਗੱਲ ਕਹਿੰਦੇ ਕਹਿੰਦੇ ਤੁਹਾਨੂੰ ਲੱਗਦਾ, ਕਿਉਂਕਿ ਹਰ ਕਹਾਣੀ ਦਾ ਨਾ ਆਪਣਾ ਇੱਕ ਹੁੰਦਾ, ਕੋਈ ਹਰ ਕਹਾਣੀ ਦੀ ਆਪਣੀ ਡੂਰੇਸ਼ਨ ਹੁੰਦੀ ਹੈ। ਕੋਈ ਕਹਾਣੀ ਅੱਧੇ ਘੰਟੇ 'ਚ ਕਹਿ ਸਕਦੇ ਹੋ, ਕੋਈ ਕਹਾਣੀ ਨੂੰ 2 ਘੰਟੇ ਤੁਹਾਨੂੰ ਵੀ ਘੱਟ ਪੈ ਜਾਂਦੇ ਕਹਿਣ ਵਾਸਤੇ। ਸੋ ਇਹ ਇੱਕ ਕਹਾਣੀ 'ਤੇ ਹੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਜੋਨਰ ਦੀ ਕਹਾਣੀ ਲਿਖ ਰਹੇ ਹੋ ਅਤੇ ਉਹਨੂੰ ਫਿਰ ਕਿਸ ਉਹਦੇ ਪਲੇਟਫਾਰਮ ਵਾਸਤੇ ਲਿਖ ਰਹੇ ਹੋ। ਤੁਸੀਂ ਫੀਚਰ ਫਿਲਮ ਲਈ ਲਿਖ ਰਹੇ ਹੋ, ਤੁਸੀਂ ਉਹਨੂੰ ਸੀਰੀਜ਼ ਵਾਸਤੇ ਲਿਖ ਰਹੇ ਹੋ, ਤੁਸੀਂ ਉਹਨੂੰ ਐਜ਼ ਅ ਸ਼ਾਰਟ ਫਿਲਮ ਲਿਖ ਰਹੇ ਹੋ, ਸੋ ਉਹ ਉਹਦੇ 'ਤੇ ਆ, ਫਾਰਮੈਟ 'ਤੇ ਆ। ਫਾਰਮੈਟ 'ਤੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਮੈਂ ਇੰਨੀ ਕੁ ਗੱਲ ਕਹਿਣੀ ਹੈ, ਇੰਨਾ ਕੁ ਦਾਇਰਾ ਜਿਹੜਾ ਹੈਗਾ ਇਸ ਕਹਾਣੀ ਦਾ ਹੋਊਗਾ। ਜਦੋਂ ਤੁਸੀਂ ਇਸ ਪੂਰੀ ਸਕ੍ਰਿਪਟ ਵੀ ਲਿਖੀ ਹੈ, ਯੂ ਨੋ, ਇਹ ਸਾਰੀ ਸਕ੍ਰਿਪਟ ਡੀਕੋਡ ਵੀ ਤੁਸੀਂ ਡਾਇਰੈਕਟਰ ਨੂੰ ਕੀਤੀ ਹੋਣੀ ਹੈ ਕਿ ਮੈਨੂੰ ਇੱਦਾਂ ਦੀ ਚੀਜ਼ ਚਾਹੀਦੀ ਹੈ, ਸੋ ਤੁਹਾਡੇ ਲਈ ਇਸ ਪੂਰੀ ਫਿਲਮ ਦੇ ਵਿੱਚ ਤੁਹਾਡਾ ਕਹਿ ਸਕਦੇ ਹਾਂ ਕਿ ਇੱਕ ਫੇਵਰੇਟ ਹੁੰਦਾ ਨਾ ਕਿ ਆਹ ਜਿਹੜੀ ਚੀਜ਼ ਹੈ ਨਾ, ਇਹ ਸਭ ਤੋਂ ਮਨਪਸੰਦੀਦਾ ਹੈਗੀ ਹੈ ਮੇਰੀ, ਸੋ ਉਹ ਤੁਹਾਡੇ ਲਈ ਕਿਹੜੀ ਮਨਪਸੰਦੀਦਾ ਚੀਜ਼ ਹੋਣੀ ਹੈ? ਦੇਖੋ, ਵੈਸੇ ਤਾਂ ਪੂਰਾ ਪ੍ਰੋਸੈਸ ਹੀ ਜੋ ਹੈਗਾ ਫਿਲਮ ਮੇਕਿੰਗ ਦਾ, ਸਾਰੇ ਦਾ ਸਾਰੇ ਹੀ ਮੇਰਾ ਫੇਵਰੇਟ ਹੈ ਐਂਡ ਇੰਜੋਏ ਕਰਦਾ ਮੈਂ ਬਹੁਤ ਜ਼ਿਆਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ। ਪਰ ਇੱਕ ਚੀਜ਼ ਹੁੰਦੀ ਹੈ ਕਿ ਨਾ, ਜਦੋਂ ਤੁਸੀਂ ਸ਼ੂਟ ਹੁੰਦਾ ਦੇਖਦੇ ਹੋ ਨਾ, ਜੋ ਤੁਸੀਂ ਕਰੈਕਟਰਸ ਲਿਖੇ, ਜੋ ਤੁਸੀਂ ਸਾਰਾ ਡਿਜ਼ਾਈਨ ਕੀਤਾ ਐਂਡ ਜਦੋਂ ਹੂ ਬਹੂ ਉਹ ਜ਼ਿੰਦਾ ਹੋ ਜਾਂਦਾ ਸਾਹਮਣੇ, ਉਹ ਕਰੈਕਟਰ ਗੱਲ ਕਰਨ ਲੱਗਦੇ ਆ, ਬੋਲਣ ਲੱਗਦੇ ਆ, ਐਕਟ ਕਰਨ ਲੱਗਦੇ ਆ, ਤਾਂ ਉਹ ਜਿਹੜੀ ਇੱਕ ਫੀਲਿੰਗ ਆ ਕਿ ਜਿਹੜਾ ਤੁਸੀਂ ਇੰਨੇ ਟਾਈਮ ਤੋਂ ਇੱਕ ਕਾਗਜ਼ ਦੇ ਉੱਪਰ ਲੈ ਕੇ ਫਿਰ ਰਹੇ ਹੋ, ਹੈ ਨਾ, ਇੰਨੇ ਮਹੀਨੇ ਉਹਦੇ 'ਤੇ ਕੰਮ ਕਰ ਰਹੇ ਹੋ, ਦੈਨ ਜਦੋਂ ਜ਼ਿੰਦਾ ਹੁੰਦਾ ਤੁਹਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਉਹ ਬੋਲਣਾ ਸ਼ੁਰੂ ਕਰਦਾ, ਤਾਂ ਉਹ ਇੱਕ ਜਿਹੜੀ ਫੀਲਿੰਗ ਆ ਉਹ ਬੜੀ ਕਮਾਲ ਦੀ ਹੁੰਦੀ ਹੈ। ਸੋ ਤੁਸੀਂ ਕਿਸ ਤਰ੍ਹਾਂ ਦੇ ਰਾਈਟਰ ਹੈਗੇ ਹੋ? ਇੱਕ ਤਾਂ ਰਾਈਟਰ ਹੁੰਦੇ ਨੇ ਜਿਹੜੇ ਮਤਲਬ ਨਾ ਇੱਕਦਮ ਇਕਾਂਤ ਦੇ ਵਿੱਚ ਪੂਰਾ ਫੋਕਸ ਕਰਕੇ ਲਿਖਦੇ ਨੇ, ਇੱਕ ਰਾਈਟਰ ਹੁੰਦੇ ਨੇ ਕਿ ਜਿਨ੍ਹਾਂ ਨੂੰ ਕਦੇ ਵੀ ਆਈਡੀਆ ਆਇਆ ਉਹ ਜਸਟ ਲਿਖਣਾ ਸ਼ੁਰੂ ਕਰ ਦਿੰਦੇ ਨੇ, ਸੋ ਵਾਟ ਕਾਈਂਡ ਆਫ ਰਾਈਟਰ ਯੂ ਆਰ? ਸਿਚੁਏਸ਼ਨਲ ਰਾਈਟਰ। ਸਿਚੁਏਸ਼ਨਲ ਰਾਈਟਰ, ਓਕੇ। ਅਗਰ ਮੈਨੂੰ ਲੱਗਦਾ ਕਿ ਮੈਂ ਫ੍ਰੀ ਹਾਂ, ਮਾਈਂਡ ਕੋਈ ਪ੍ਰੋਬਲਮ ਨਹੀਂ, ਕੋਈ ਟੈਨਸ਼ਨ ਨਹੀਂ ਹੈਗੀ, ਤਾਂ ਆਰਾਮ ਨਾਲ ਲਿਖਦਾ, ਕੋਈ ਇਸ਼ੂ ਨਹੀਂ। ਅਗਰ ਕਿਸੇ ਪਾਸੋਂ ਕੋਈ ਰਿਕੁਆਇਰਮੈਂਟ ਜਾਂ ਫੋਨ ਆ ਜਾਂਦਾ ਕਿ ਇੰਨੇ ਟਾਈਮ ਦੇ ਵਿੱਚ ਆਹ ਚੀਜ਼ ਆਪਾਂ ਕਰਨੀ ਕਰਨੀ ਆ, ਤਾਂ ਠੀਕ ਹੈ, ਫਿਰ ਉਹ ਡੈਡਲਾਈਨ ਦੇ ਹਿਸਾਬ ਨਾਲ ਵੀ ਚੀਜ਼ਾਂ ਹੋ ਜਾਂਦੀਆਂ। ਬਸ ਰਾਈਟਰ, ਸੋ ਉਹਨੂੰ ਜਿਸ ਤਰ੍ਹਾਂ ਦੀ ਤੁਸੀਂ ਸਿਚੁਏਸ਼ਨ 'ਚ ਛੱਡ ਦੋਗੇ, ਲਿਖਣਾ ਕੰਮ ਹੈ, ਸੋ ਲਿਖਿਆ ਜਾਂਦਾ। ਪੰਜਾਬੀ ਇੰਡਸਟਰੀ ਦੇ ਵਿੱਚ ਨਾ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਕਹਾਣੀਆਂ ਬਣਦੀਆਂ ਨੇ, ਬਹੁਤ ਸਾਰੀ ਕਹਾਣੀਆਂ ਦੀ ਐਗਜ਼ੀਕਿਊਸ਼ਨ ਵੀ ਹੁੰਦੀ ਹੈ, ਬਟ ਕਿਤੇ ਨਾ ਕਿਤੇ ਆਪਾਂ ਹਰ ਇੱਕ ਚੀਜ਼ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਲੈ ਕੇ ਚੱਲਦੇ ਹਾਂ ਕਿ ਅਸੀਂ ਪੰਜਾਬੀ ਕਲਚਰ ਵੀ ਨਾਲ ਨਾਲ ਲੈ ਕੇ ਚੱਲਣਾ ਹੈ, ਸੋ ਆਪਣੀ ਰਾਈਟਿੰਗ ਦੇ ਵਿੱਚ ਤੁਸੀਂ ਪੰਜਾਬੀ ਕਲਚਰ ਦਾ ਕਿੰਨਾ ਕੁ ਖਿਆਲ ਰੱਖਦੇ ਹੋ? ਬਹੁਤ ਉਹਦੀ ਇੱਕ, ਦੇਖੋ, ਇੱਕ ਬੇਸਿਕ ਰਿਕੁਆਇਰਮੈਂਟ ਆ, ਅਗਰ ਰੀਜਨਲ ਸਿਨੇਮਾ ਦੀ ਤੁਸੀਂ ਫਿਲਮ ਗੱਲ ਕਰ ਰਹੇ ਹੋ ਜਾਂ ਰੀਜਨਲ ਫਿਲਮ ਬਣਾ ਰਹੇ ਹੋ, ਤਾਂ ਉਹ ਠੇਠ ਜਿੰਨਾ ਚਿਰ ਨਹੀਂ ਹੈਗੀ ਉਨਾ ਚਿਰ ਵਰਕ ਨਹੀਂ ਕਰੂਗੀ।
ਜਿਹਨਾਂ ਉਹ ਰੀਜਨਲੀ ਇਸੇ ਕਰਕੇ ਕਿਉਂਕਿ ਉਹ 'ਚ ਤੁਸੀਂ ਇੱਕ ਪਰਟੀਕੁਲਰ ਜਗ੍ਹਾ ਦਾ ਕਲਚਰ ਜਿਹੜਾ ਹੈਗਾ ਦਿਖਾ ਰਹੇ ਹੋ। ਅਗਰ ਤੁਸੀਂ ਪੈਨ ਇੰਡੀਆ ਫਿਲਮ ਕਰਦੇ ਹੋ ਨਾ ਤੇ ਉਹਦੇ ਵਿੱਚ ਇਹ ਕਿ ਡਾਇਵਰਸਿਟੀ ਬਹੁਤ ਜ਼ਿਆਦਾ, ਇੱਕ ਕੰਟਰੀ ਆ ਉਹਦੇ ਵਿੱਚ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਕਿਤੋਂ ਵੀ ਪਿੱਕ ਕਰ ਸਕਦੇ ਹੋ, ਬਟ ਓਵਰਆਲ ਕੰਟਰੀ ਦਾ ਵੀ ਇੱਕ ਕਲਚਰ ਹੋਊਗਾ ਆਪਣਾ, ਹੈ ਨਾ। ਅਗਰ ਤੁਸੀਂ ਪੈਨ ਵਰਲਡ ਫਿਲਮ ਕਰ ਰਹੇ ਹੋ ਤਾਂ ਉਹਦੇ ਅਲੱਗ ਜਿਹੜੇ ਹੈਗੇ ਤਰੀਕੇ ਹੈਗੇ, ਪਰ ਕਲਚਰ ਦਾ ਧਿਆਨ ਰੱਖਣਾ ਉਹ ਐਸਾ 'ਚ ਕੋਈ ਖਾਸ ਧਿਆਨ ਦੇਣਾ ਨਹੀਂ ਪੈਂਦਾ, ਕਿਉਂਕਿ ਅਗਰ ਪੰਜਾਬੀ ਫਿਲਮ ਦੀ ਕਹਾਣੀ ਲਿਖ ਰਹੇ ਹੋ, ਪੰਜਾਬ ਦੇ ਸਿਨੇਮਾ ਵਾਸਤੇ ਲਿਖ ਰਹੇ ਹੋ, ਤਾਂ ਉਹ ਕਲਚਰ 'ਚੋਂ ਹੀ ਨਿਕਲੂਗੀ। ਉਹਦੇ ਵਿੱਚ ਕਲਚਰ ਪਾਉਣ ਦੀ ਲੋੜ ਨਹੀਂ, ਕਹਾਣੀ ਹੀ ਕਲਚਰ 'ਚੋਂ ਨਿਕਲਦੀ ਹੈ ਜੀ। ਸੋ ਜੇ ਆਪਾਂ ਟੈਲੀਵਿਜ਼ਨ ਦੀ ਵੀ ਗੱਲ ਕਰੀਏ ਤਾਂ ਇਸ ਦੇ ਵਿੱਚ ਅਸੀਂ ਦੇਖਿਆ ਕਿ ਕਰੈਕਟਰ ਸਾਨੂੰ ਪੋਸਟਰ ਤੋਂ ਹੀ ਨਜ਼ਰ ਆਉਂਦੇ ਨੇ ਕਿ ਬਹੁਤ ਹੀ ਯੂ ਨੋ ਦੈਟ ਫੰਕੀ ਕਰੈਕਟਰਸ ਵੀ ਹੋਣ ਲੱਗੇ ਨੇ, ਤੇ ਉਧਰ ਹੀ ਯੂ ਨੋ ਥੋੜਾ ਹੈ ਕਿ ਹਜੇ ਕਰੈਕਟਰਸ ਬਹੁਤ ਹੀ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਣਗੇ। ਸੋ ਤੁਸੀਂ ਇਹਨਾਂ ਕਰੈਕਟਰਸ ਨੂੰ ਲਿਖਿਆ ਕਿਵੇਂ, ਕਿ ਤੁਸੀਂ ਐਕਟਰਸ ਦਿਮਾਗ ਦੇ ਵਿੱਚ ਰੱਖੇ ਸੀ ਕਿ ਤੁਸੀਂ ਕਰੈਕਟਰਸ ਸੋਚ ਕੇ ਫਿਰ ਸੋਚਿਆ ਸੀ ਕਿ ਹਾਂ ਇਹ ਐਕਟਰਸ ਆਪਾਂ ਲੈ ਸਕਦੇ ਹਾਂ? ਐਕਟਰ ਕਰੈਕਟਰ ਪਹਿਲਾਂ ਦਿਮਾਗ ਦੇ ਵਿੱਚ ਸੋਚਿਆ, ਫਿਰ ਉਹਦੇ ਹਿਸਾਬ ਨਾਲ ਐਕਟਰ ਜਿਹੜਾ ਹੈਗਾ ਤੁਹਾਨੂੰ ਲੱਭ ਵੀ ਜਾਂਦਾ ਬੇਸਿਕਲੀ, ਕਾਸਟਿੰਗ ਡਿਪਾਰਟਮੈਂਟ ਉਹੀ ਇੱਕ ਪ੍ਰੋਸੈਸ ਹੁੰਦਾ। ਬਟ ਐਕਟਰ ਸੋਚ ਕੇ ਕਰੈਕਟਰ ਲਿਖਣਾ ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਕਦੇ ਕਦੇ ਵਰਕ ਨਹੀਂ ਕਰਦੀ ਉਹ ਚੀਜ਼। ਬਟ ਅਗਰ ਤੁਸੀਂ ਕਰੈਕਟਰ ਸੋਚਦੇ ਹੋ, ਕਰੈਕਟਰ ਦੇ ਹਿਸਾਬ ਨਾਲ ਕਹਾਣੀ ਲਿਖਦੇ ਹੋ, ਫਿਰ ਉਹਦੇ ਹਿਸਾਬ ਨਾਲ ਐਕਟਰ ਲੱਭਦੇ ਹੋ ਐਂਡ ਉਹਨੂੰ ਕਹਿੰਦੇ ਹੋ ਕਿ ਤੁਹਾਨੂੰ ਇਸ ਹਿਸਾਬ ਨਾਲ ਪਰਫੋਰਮ ਕਰਨਾ, ਆਹ ਇਹਦੀਆਂ ਲੇਅਰਸ ਆ, ਉਹ ਚੀਜ਼ ਜ਼ਿਆਦਾ ਵਰਕ ਕਰਦੀ, ਉਹਦੇ ਜ਼ਿਆਦਾ ਚਾਂਸਿਸ ਹੁੰਦੇ ਆ। ਮੈਂ ਐਕਟਰ ਸੋਚ ਕੇ ਨਹੀਂ ਲਿਖ ਪਾਉਂਦਾ ਕਦੇ ਮੋਸਟਲੀ, ਪਰ ਇਹ ਨਹੀਂ ਹੈਗਾ ਕਿ ਮੈਂ ਲਿਖ ਨਹੀਂ ਸਕਦਾ, ਬਟ ਮੈਂ ਲਿਖ ਨਹੀਂ ਪਾਉਂਦਾ ਮੋਸਟਲੀ। ਮੈਨੂੰ ਕਹਿੰਦਾ ਕਿ ਕਹਾਣੀ ਆ ਉਹਦਾ ਓਰਿਜਿਨਲ ਕਹਾਣੀ ਆ, ਤਾਂ ਉਹਦੀ ਓਰਿਜਿਨਲ ਹੀ ਕੋਈ ਕਰੈਕਟਰ ਹੋਵੇ, ਉਹਦੇ ਓਰਿਜਿਨਲ ਹੀ ਕਰੈਕਟਰਿਸਟਿਕਸ ਹੋਣ, ਹੈ ਨਾ, ਉਹਦੇ ਐਡਵਾਂਟੇਜਸ ਹੋਣ, ਉਹਦੇ ਫਲਾਸ ਹੋਣ, ਉਹ ਸਾਰਾ ਹੋਵੇ, ਫਿਰ ਐਕਟਰ ਨੂੰ ਉਹ ਚੀਜ਼ ਬਰੀਫ ਕਰੋ ਕਿ ਇੱਦਾਂ ਉਹਨੂੰ ਵੀ ਮਜ਼ਾ ਆਉਂਦਾ ਕਰਨ ਦੇ ਵਿੱਚ। ਅਗਰ ਤੁਸੀਂ ਐਕਟਰ ਨੂੰ ਕਹਿੰਦੇ ਹੋ ਕਿ ਭਾਅ ਜੀ ਤੁਸੀਂ ਵੀ ਹੋ ਜੋ ਹੈਗੇ ਆ, ਫਿਰ ਉਹ ਉਹਨਾਂ ਲਾਈਟ ਲੈ ਲੈਂਦਾ, ਉਹ ਫਿਰ ਉਹ ਲਾਈਟ ਮੂਡ ਦੇ ਨਾਲ ਕੰਮ ਕੀਤਾ, ਫਿਰ ਉਹ ਸਕਰੀਨ ਤੇ ਵੀ ਦਿਖਦਾ। ਸੋ ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ ਸੀ? ਐਗਜ਼ੈਕਟਲੀ ਤਾਂ ਜੀ ਮੈਨੂੰ ਵੀ ਨਹੀਂ ਪਤਾ ਮੈਂ ਲਿਖਣਾ ਕਦੋਂ ਸ਼ੁਰੂ ਕੀਤਾ, ਬਟ ਮੈਂ ਆਈ ਥਿੰਕ ਜਦੋਂ ਸਕੂਲ 'ਚ ਸੀਗਾ ਉਦੋਂ ਇੱਕ ਇੱਕ ਦੋ ਦੋ ਲਾਈਨਾਂ ਦੀਆਂ ਉਹਨੂੰ ਸ਼ੇਅਰ ਕਵਿਤਾਵਾਂ ਉਹ ਲਿਖਦਾ ਸੀਗਾ, ਫਿਰ ਉਹ ਕਵਿਤਾਵਾਂ ਗੀਤ ਬਣ ਗਏ, ਗੀਤ ਲਿਖਣ ਲੱਗ ਗਿਆ, ਦੈਨ ਗੀਤ ਤੋਂ ਇੱਕ ਹੋ ਗਿਆ ਕਿ ਯਾਰ ਕਹਾਣੀ ਆਈ ਨਹੀਂ ਸੀ ਐਸਾ 'ਚ, ਕੋਈ ਡ੍ਰੀਮ ਨਹੀਂ ਸੀ ਕਿ ਕਹਾਣੀ ਲਿਖਣੀ ਹੈ। ਮੈਂ ਇੱਕ ਦਿਨ ਮੂਵੀ ਟੈਲੀਵਿਜ਼ਨ 'ਤੇ ਹੀ ਕੁਛ ਗਾਣਾ ਆ ਰਿਹਾ ਸੀਗਾ ਅਤੇ ਉਹ ਗਾਣਾ ਦੇਖ ਰਿਹਾ ਸੀ, ਉਹਦੇ ਵਿੱਚ ਜੋ ਸੀਨ ਆਇਆ, ਸਿਚੁਏਸ਼ਨ ਆਇਆ, ਅਤੇ ਫਿਰ ਉਹਦੇ 'ਤੇ ਮੈਂ ਜਿਹੜਾ ਹੈਗਾ ਮੈਨੂੰ ਆਈਡੀਆ ਆਪਣੇ ਆਪ ਹੀ ਆ ਗਿਆ। ਐਂਡ ਮੈਂ ਜਦੋਂ ਲਿਖਣਾ ਸਟਾਰਟ ਕੀਤਾ ਉਹ ਨਾ ਤਾਰ ਲੱਗੀ ਹੋਈ ਸੀਗੀ ਜਿੱਦਾਂ ਬਾਰਡਰ ਦੀ ਹੁੰਦੀ ਨਾ ਪਾਰਟੀਸ਼ਨ ਦੀ, ਉਹ ਪਾਰਟੀਸ਼ਨ ਦਾ ਕੋਈ ਆਈਡੀਆ ਆ ਗਿਆ ਦਿਮਾਗ 'ਚ, ਉਹ ਫਿਰ ਜਦੋਂ ਲਿਖਣਾ ਸ਼ੁਰੂ ਕੀਤਾ ਅਤੇ ਉਹ ਇੱਕ ਪੇਜ, ਦੋ ਪੇਜ, ਤਿੰਨ ਪੇਜ ਉਹ ਲਿਖਣਾ ਸ਼ੁਰੂ ਤਾਂ ਗਾਣੇ ਵਾਂਗੂ ਕੀਤਾ ਸੀਗਾ, ਪਰ ਉਹ ਭਰਦੇ ਭਰਦੇ ਪੰਜ ਸੱਤ ਪੇਜ ਭਰ ਗਏ, ਤਾਂ ਉਹ ਫਿਰ ਪਤਾ ਲੱਗਿਆ ਕਿ ਕਹਾਣੀ ਹੈ, ਇੱਕ ਪੂਰਾ ਵਰਲਡ ਹੈ ਇਹਦਾ ਆਪਣਾ। ਮਜ਼ਾ ਕਿਹਦੇ 'ਚ ਜ਼ਿਆਦਾ ਆਉਂਦਾ, ਗਾਣੇ ਲਿਖਣ ਦੇ ਵਿੱਚ, ਗੀਤ ਲਿਖਣ ਦੇ ਵਿੱਚ, ਜਾਂ ਫਿਰ ਇੱਕ ਪੂਰੀ ਕਹਾਣੀ ਲਿਖਣ ਦੇ ਵਿੱਚ? ਲਿਖਣ 'ਚ ਜ਼ਰੂਰੀ ਨਹੀਂ ਕਿ ਹਰ ਰੋਜ਼ ਤੁਹਾਨੂੰ ਇੱਕ ਕਹਾਣੀ ਹੀ ਤੁਹਾਡੇ ਅੰਦਰੋਂ ਨਿਕਲਣੀ ਆ, ਕਈ ਵਾਰੀ ਚਾਰ ਕੁ ਲਾਈਨਾਂ ਦਾ ਇੱਕ ਸ਼ੇਅਰ ਨਿਕਲਦਾ, ਹਫ਼ਤਾ ਹਫ਼ਤਾ ਹੋਰ ਕੁਛ ਨਿਕਲਦਾ ਹੀ ਨਹੀਂ ਅੰਦਰੋਂ, ਕਈ ਵਾਰੀ ਦੋ ਦੋ ਕਹਾਣੀਆਂ, ਤਿੰਨ ਤਿੰਨ ਕਹਾਣੀਆਂ, ਲਿਖਣ 'ਚ ਮਜ਼ਾ ਆਉਂਦਾ। ਇੱਕ ਰਾਈਟਰ ਡਾਇਰੈਕਟਰ ਦੀ ਬੌਂਡਿੰਗ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਜਦੋਂ ਅਸੀਂ ਇੱਕ ਫਿਲਮ ਵੀ ਬਣਾਉਣ ਜਾ ਰਹੇ ਹਾਂ। ਫਿਲਮ ਕੀ ਕੋਈ ਵੀ ਚੀਜ਼ ਆਪਾਂ ਜੇ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ, ਆਪਾਂ ਪੇਪਰ 'ਤੇ ਤਾਂ ਲਿਖ ਲਿਆ, ਜੇ ਉਹਨੂੰ ਐਗਜ਼ੀਕਿਊਟ ਵਧੀਆ ਕਰਨਾ ਤਾਂ ਡਾਇਰੈਕਟਰ ਦੇ ਨਾਲ ਇੱਕ ਬੌਂਡਿੰਗ ਵਧੀਆ ਹੋਣੀ ਚਾਹੀਦੀ ਹੈ। ਸੋ ਤੁਹਾਡਾ ਡਾਇਰੈਕਟਰ ਦੇ ਨਾਲ ਹਮੇਸ਼ਾ ਕਿਸ ਤਰ੍ਹਾਂ ਦਾ ਬੌਂਡ ਰਿਹਾ, ਕਿਵੇਂ ਤੁਸੀਂ ਆਪਣੀਆਂ ਚੀਜ਼ਾਂ ਉਹਨਾਂ ਨੂੰ ਸਮਝਾਈਆਂ ਨੇ, ਅਤੇ ਕੀ ਹਮੇਸ਼ਾ ਜਿਸ ਤਰ੍ਹਾਂ ਦੀ ਤੁਸੀਂ ਐਗਜ਼ੀਕਿਊਸ਼ਨ ਚਾਹੁੰਦੇ ਸੀ ਉੱਦਾਂ ਦੀ ਹੋਈ ਹੈ? ਇਹ ਥੋੜ੍ਹਾ ਜਿਹਾ ਕੰਪਲੈਕਸ ਹੈ ਜੀ ਕਿ ਬੇਸਿਕਲੀ ਸਮਝਾਉਣ ਦੇ ਵਿੱਚ ਮੈਂ ਥੋੜ੍ਹਾ ਜਿਹਾ ਨਲਾਇਕ ਰਾਈਟਰ ਹਾਂ, ਕਿ ਮੈਂ ਉਹਨਾਂ ਵਿਜੂਅਲੀ ਬਹੁਤ ਅੱਛੇ ਤਰੀਕੇ ਨਾਲ ਡਿਲੀਵਰ ਕਰ ਸਕਦਾ, ਮੇ ਬੀ ਸੁਣਾ ਕੇ ਜਾਂ ਕਹਿ ਕੇ ਉਹਨੂੰ ਅੱਛੇ ਤਰੀਕੇ ਨਾਲ ਡਿਲੀਵਰ ਨਹੀਂ ਕਰ ਸਕਦਾ, ਬਟ ਜਿਨ੍ਹਾਂ ਨੇ ਵੀ ਮੇਰੇ ਨਾਲ ਹੁਣ ਤੱਕ ਕੰਮ ਕੀਤਾ, ਤਾਜ ਬਾਈ ਹੋ ਗਿਆ, ਚਲੋ ਇਹ ਖੁਦ ਹੀ ਇੰਨੇ ਜ਼ਿਆਦਾ ਕ੍ਰੀਏਟਿਵ ਜਾਂ ਉਹ ਹੈਗੇ ਆ ਕਿ ਤੁਸੀਂ ਚੀਜ਼ ਉਹਨਾਂ ਨੂੰ ਦੋ ਸੁਣਾਉਂਦੇ ਆ ਐਂਡ ਉਹ ਅੱਗੋਂ ਤੁਹਾਨੂੰ ਪੰਜ ਕਰਕੇ, ਹੈ ਨਾ, ਉਸ ਚੀਜ਼ ਦਾ ਰਿਵਰਡ ਦਿੰਦੇ ਆ, ਐਂਡ ਮਜ਼ਾ ਉੱਥੇ ਹੀ ਹੁੰਦਾ ਜਿੱਥੇ ਅਗਲਾ ਤੁਹਾਡੀ ਚੀਜ਼ ਨੂੰ ਪਲੱਸ ਕਰ ਰਿਹਾ ਹੋਵੇ, ਨਾ ਕਿ ਮਾਈਨਸ ਕਰ ਰਿਹਾ ਹੋਵੇ। ਅਤੇ ਇਸੇ ਚੀਜ਼ ਨੂੰ ਹੀ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਕਿ ਮੈਂ ਚੰਗੀਆਂ ਚੰਗੀਆਂ ਕਹਾਣੀਆਂ ਮੈਨੂੰ ਲੱਗਦਾ ਮੇਰੀਆਂ ਸੁਣਾਉਣ ਦੇ ਵਿੱਚ ਉਨੀਆਂ ਉਹ ਬੁਰੀਆਂ ਹੋ ਜਾਂਦੀਆਂ। ਸੋ ਦੈਟਸ ਵਾਈ ਫਿਰ ਮੈਂ ਹੁਣ ਉਹ ਚੀਜ਼ ਵੀ ਆਪ ਹੀ ਕੀਤੀ ਆ ਕਿ ਹੁਣ ਮੈਂ ਡੈਬਿਊ ਕੀਤਾ ਡਾਇਰੈਕਸ਼ਨ ਦੇ ਵਿੱਚ, ਇੱਕ ਫਿਲਮ ਕੀਤੀ ਆ, ਉਹ ਮੈਂ ਲਿਖੀ ਵੀ ਆ, ਡਾਇਰੈਕਟ ਵੀ ਕੀਤੀ ਆ, ਸੋ ਮੈਨੂੰ ਲੱਗਦਾ ਕਿ ਮੈਂ ਵਿਜੂਅਲੀ ਜ਼ਿਆਦਾ ਵਧੀਆ ਕਹਾਣੀਆਂ ਕਹਿ ਸਕਦਾ।
ओके सो जे आपां मतलब डायरेक्शन दी आपां गल भी करदे आं जिवें तुसीं कहा कि अगर तुसीं डायरेक्ट भी करोगे यू नो अपनी कहानी नूं पर्दे दे उत्ते लियाना मैनूं लगदा है कि ओह ज़्यादा आपां इफेक्टिवली कर सकदे आं एफिशिएंटली कर सकदे हैगे आं सो नाउ जदों तुसीं एज़ अ डायरेक्टर जाओगे तो एक तरह की नर्वसनैस नहीं होंदी है कि हाँ हजे तक तो मैं लिखदा आं बट उसी चीज़ नूं हुण मैं पर्दे ते लियाउण दी कोशिश भी करांगा राइट हाँ जी ओह पहले दिन सी फर्स्ट डे जदों फिल्म दा सीगा साडी दा ते उदों सीगी बट ठीक है तुसीं अपने काम नूं प्यार करदे हो अगर तुहानूं काम देखो जिन्नूं तुहानूं जिहड़े काम च इंट्रस्ट आ ओह ना तां तुसीं उहदे तों डरदे हो ना तुहानूं बोर करदा ना तुहानूं पिछे करदा है ना सो अगर प्यार आ काम दे नाल फिर हर चीज़ ईजी है सो तुसीं अपनी वीकनेस बारे तां इत्थे दस दित्ता कि हाँ तुहानूं जदों कहानी दसणी पैंदी है तां उत्थे किते ना किते मात खा जांदे बट आपां जे गल करीए कि तुहाडी बिगेस्ट स्ट्रेंथ की है ऐसे च मात भी नहीं आप कह सकते कि मात खा जाने कि वह है कि मैनू वो भी मैनू लगता हो सकता गाँव लेन चीज़ उदा ही वधिया लगती हो जिदा मैनू लगती है बट मैनू लगता कि जिन्ना वधिया मैं सोची सी उन्नी वधिया मैं कही नहीं सुनाउण दे विच ते स्ट्रेंथ की अगर आप गल करिए स्ट्रेंथ है कि डायवर्सिटी यानी कि अलग अलग जॉनर्स के मैं लिखना पसंद है एंड जिहड़े मेरे करैक्टर्स होंदे आ बहुत ऑनेस्ट होंगे उन्होंने कोई बहुत ज़्यादा वो नहीं होंगे छल नहीं होंगे तो नेचर के बहुत नेड़े होंगे जिड़िया मैं अगर डायलॉग्स भी लिखा तो वह बहुत यानी कि नेचर नूं बहुत इंक्लूड करते हैं आपके जो एक यूनीवर्सल अपने इमोशन आ ह्यूमन इमोशन आ सो यूनीवर्सल जिहड़ियां कहानियां ने मेरिया वो यूनीवर्सल ने ठीक है तुसीं पंजाबी च देख रहे हो पंजाबी जुबान च देख रहे हो वो बेसिकली बनता भी है ना करना तो मैनू यही है कि मैं वड्डी तो वड्डी फिल्म भी करा तो पंजाबी च करा बट अगर उन्होंने कोई अदर लैंग्वेज डब करके देखूगा कल तो उन्होंने कहानी आपकी लगेगी उन्होंने ये नहीं लगेगा कि बहुत दूर की कहानी है साढ़े ना रिलेट नहीं करती अगर कोई किसी भी धरती के किसी भी कोने जिते ह्यूमन इमोशन जिंदा है तो फिल्म नूं डब करके या लैंग्वेज बदल के देखूगा तो उन्हें आपकी फिल्म ही लगेगी अपनी कहानी ही लगेगी जी थैंक यू सो मच एंड बहुत बढ़िया लगे गल करके इंटरेस्ट ऑफ लव फॉर टेलीविजन थैंक यू सो इधर नाल ही असीं गल कीती है मनी मनजिंदर सिंह दे नाल तुसीं देखदे रहो कैंट पंजाब